ਪ੍ਰਿੰਟ ਮੀਡੀਆ ਵਿੱਚ ਛਪੀ ਇੱਕ ਖ਼ਬਰ ਨਾਲ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਜਥੇਬੰਦੀ ਬਾਰੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਉਸ ਉੱਪਰ ਟਿੱਪਣੀ ਕਰਦਿਆਂ ਪ੍ਰਧਾਨ ਭੁਪਿੰਦਰ ਸਿੰਘ ਮਨੇਸ, ਚੇਅਰਮੈਨ ਬੂਟਾ ਸਿੰਘ ਸਿੱਧੂ, ਸਰਦਾਰ ਜਗਜੀਤ ਸਿੰਘ ਗੁਰਮ, ਸੀਨੀਅਰ ਮੀਤ ਪ੍ਰਧਾਨ ਬਲਦੀਪ ਸਿੰਘ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਕਪੂਰ ਮੈਂਬਰ, ਕੋਰ ਕਮੇਟੀ ਮੀਡੀਆ ਸਕੱਤਰ ਰਵਿੰਦਰ ਸਿੰਘ ਲੋਪੋ ਅਤੇ ਯੂਥ ਦੀ ਸਮੂਹ ਇਕਾਈ ਦੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੁਝ ਲੋਕ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਨਾਲ ਆਪਣਾ ਨਾਮ ਜੋੜ ਕੇ ਪਾਰਟੀ ਵਿੱਚ ਦੁਬਿਧਾ ਪੈਦਾ ਕਰ ਰਹੇ ਨੇ ਅਤੇ ਅਸਤੀਫੇ ਦੀ ਗੱਲ ਕਰ ਰਹੇ ਨੇ, ਹਾਲਾਂਕਿ ਉਹ ਲੋਕ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਾਂ ਹਮਾਇਤੀ ਹੀ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਪੂਰੀ ਇਕਾਈ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਹਮੇਸ਼ਾ ਨਾਲ ਰਹੇਗੀ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।